850 ਲੀਟਰ ਤੇਲ ਪਵਾ ਕੇ ਬਿਨਾਂ ਪੈਸੇ ਦੇ ਕੇ ਪੈਟਰੋਲ ਪੰਪ ਤੋਂ ਕੁਝ ਬੰਦੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ। ਤਾਂ ਦੋ ਬੰਦੇ ਨੇ ਜਿਹੜੇ ਉਹ ਟਰੈਕਟਰ ਟਰਾਲੀ ਦੇ ਉੱਪਰ ਸਵਾਰ ਹੋ ਕੇ ਆਏ ਤੇ ਦੋ ਬੰਦੇ ਨੇ ਜਿਹੜੇ ਉਹ ਕਾਰ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ। ਟਰੈਕਟਰ ਟਰਾਲੀ ਦੇ ਵਿੱਚ ਕੁਝ ਡਰੰਮ ਨੇ ਜਿਹੜੇ ਉਹ ਪਏ ਹੁੰਦੇ ਨੇ, ਤਾਂ ਇਹਨਾਂ ਬੰਦਿਆਂ ਦੇ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਡਰੰਮਾਂ ਨੂੰ ਫੁੱਲ ਕਰ ਦਿੱਤਾ ਜਾਵੇ। ਤਾਂ ਜਦੋਂ ਪੈਟਰੋਲ ਪੰਪ ਵਾਲੇ ਉਹਨਾਂ ਡਰੰਮਾਂ ਨੂੰ ਫੁੱਲ ਕਰ ਦਿੰਦੇ ਨੇ ਤਾਂ ਦੋ ਬੰਦੇ ਇਹ ਕਹਿ ਦਿੰਦੇ ਨੇ ਕਿ ਸਾਡੀ ਕਾਰ ਦੇ ਵਿੱਚ ਵੀ ਤੇਲ ਆ ਜਿਹੜਾ ਉਹ ਪਾ ਦਿੱਤਾ ਜਾਵੇ। ਤਾਂ ਤੇਲ ਦੀ ਟੈਂਕੀ ਆ ਜਿਹੜੀ ਕਾਰ ਦੀ, ਉਹ ਵੀ ਉਹਨਾਂ ਦੇ ਵੱਲੋਂ ਫੁੱਲ ਆ ਜਿਹੜੀ ਉਹ ਕਰਵਾ ਲਈ ਜਾਂਦੀ ਹੈ। ਤਾਂ ਇੰਨੇ ਦੇ ਵਿੱਚ ਇੱਕ ਬੰਦਾ ਹੋਰ ਕਹਿੰਦਾ ਕਿ ਸਾਡੇ ਹੋਰ ਸਾਧਨ ਨੇ ਜਿਹੜੇ ਉਹ ਵੀ ਆਉਣ ਵਾਲੇ ਨੇ, ਤਾਂ ਤੁਸੀਂ ਉਹਨਾਂ ਦੇ ਵਿੱਚ ਵੀ ਤੇਲ ਪਾ ਦਿਓ ਅਤੇ ਸਾਨੂੰ ਇਕੱਠੀ ਰਕਮ ਦੱਸ ਦਿਓ ਕਿ ਤੁਹਾਡੇ ਕਿੰਨੇ ਪੈਸੇ ਬਣ ਗਏ। ਤਾਂ ਉਹ ਟਰੈਕਟਰ ਟਰਾਲੀ ਅਤੇ ਜਿਹੜੀ ਕਾਰ ਆ ਉਸਨੂੰ ਸਾਈਡ 'ਤੇ ਲਾ ਕੇ ਖੜ੍ਹ ਜਾਂਦੇ ਨੇ। ਤਾਂ ਇੰਨੇ ਦੇ ਵਿੱਚ ਤਿੰਨ ਬੰਦੇ ਉਹ ਦੋਵੇਂ ਸਾਧਨ ਲੈ ਕੇ ਫਰਾਰ ਹੋ ਜਾਂਦੇ ਨੇ, ਜਿਹੜਾ ਕਿ ਉਹਨਾਂ ਦਾ ਚੌਥਾ ਬੰਦਾ ਹੁੰਦਾ। ਤਾਂ ਉਹ ਪੈਟਰੋਲ ਪੰਪ ਦੇ ਪਿੱਛੇ ਜਾ ਕੇ ਕੰਧ ਟੱਪ ਕੇ ਉੱਥੋਂ ਫਰਾਰ ਹੋ ਜਾਂਦਾ। ਤਾਂ ਇਹ ਸਾਰੀ ਘਟਨਾ ਜਿਹੜੀ CCTV ਕੈਮਰੇ ਦੇ ਵਿੱਚ ਕੈਦ ਆ ਜਿਹੜੀ ਉਹ ਵੀ ਹੋਈ ਆ। ਤਾਂ ਜੰਡਿਆਲਾ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ, ਜਿੱਥੇ 850 ਲੀਟਰ ਤੇਲ ਪਵਾ ਕੇ ਕੁਝ ਬੰਦੇ ਨੇ ਜਿਹੜੇ ਪੈਟਰੋਲ ਪੰਪ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੈਟਰੋਲ ਪੰਪ ਦੇ ਮਾਲਕ ਦੇ ਵੱਲੋਂ ਪੁਲਿਸ ਨੂੰ ਇਤਲਾਹ ਜਿਹੜੀ ਉਹ ਵੀ ਕੀਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ CCTV ਕੈਮਰੇ ਨੇ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤਾਂ ਜੋ ਉਹਨਾਂ ਦੋਸ਼ੀਆਂ ਨੂੰ ਫੜਿਆ ਜਾ ਸਕੇ, ਉਹਨਾਂ ਠੱਗਾਂ ਨੂੰ ਫੜਿਆ ਜਾ ਸਕੇ। ਤਾਂ ਹੁਣ ਠੱਗ ਨੇ ਜਿਹੜੇ ਨਵੇਂ ਤਰੀਕੇ ਲੱਭ ਰਹੇ ਨੇ ਠੱਗੀਆਂ ਕਰਨ ਦੇ। ਤਾਂ ਪੈਟਰੋਲ ਪੰਪ ਦੇ ਉੱਪਰ ਆਪਣੀ ਟਰੈਕਟਰ ਟਰਾਲੀ ਲੈ ਕੇ ਜਾਂਦੇ ਨੇ ਅਤੇ ਨਾਲ ਹੀ ਆਪਣੀ ਇੱਕ ਕਾਰ ਆ ਜਿਹੜੀ ਉਹ ਵੀ ਲੈ ਕੇ ਜਾਂਦੇ ਨੇ। ਨਾ ਤਾਂ ਉੱਥੇ ਉਹਨਾਂ ਦੇ ਵੱਲੋਂ ਕੋਈ ਲੁੱਟ ਕੀਤੀ ਜਾਂਦੀ ਹੈ, ਨਾ ਹੀ ਕਿਸੇ ਨੂੰ ਡਰਾਇਆ ਧਮਕਾਇਆ ਜਾਂਦਾ, ਸਗੋਂ ਬੜੇ ਹੀ ਪਿਆਰ ਦੇ ਨਾਲ ਉਹ ਆਪਣੇ ਸਾਧਨਾਂ ਦੇ ਵਿੱਚ ਤੇਲ ਪਾਉਂਦੇ ਨੇ। ਅੱਖ ਬਚਾਉਂਦੇ ਬਚਾਉਂਦੇ ਹੀ ਉਹ ਜਿਹੜੇ ਦੋਸ਼ੀ ਨੇ, ਜਿਹੜੇ ਠੱਗ ਨੇ, ਉਹ ਉੱਥੋਂ ਫਰਾਰ ਹੋ ਜਾਂਦੇ ਨੇ। ਰਾਤੀ ਜੀ ਇੱਥੇ ਚਾਰ ਅਣਪਛਾਤੇ ਵਿਅਕਤੀ ਆਏ ਜੀ, ਦੋ ਸਵਿਫਟ ਕਾਰ 'ਤੇ ਸੀਗੇ, ਦੋ ਟਰੈਕਟਰ ਟਰਾਲੀ 'ਤੇ ਸੀਗੀ ਜੀ। ਇਹ ਡਰੰਮਾਂ ਦੇ ਵਿੱਚ ਤਕਰੀਬਨ 850-850 ਲੀਟਰ ਤੇਲ ਪਾ ਕੇ ਭੱਜ ਗਏ ਸੀਗੇ। ਪਹਿਲਾਂ ਇਹਨਾਂ ਨੇ ਕਿਹਾ ਕਿ ਸਾਡਾ ਕੋਈ ਹੋਰ ਗੱਡੀ ਆ ਰਹੀ, ਉਹਦੇ ਵਿੱਚ ਹੋਰ ਪਾਉਣਾ ਵਾ, ਸਾਨੂੰ ਇਕੱਠੀ ਪੇਮੈਂਟ ਕਰਦੇ ਹਾਂ। ਉਸ ਤੋਂ ਬਾਅਦ ਇੱਦਾਂ ਜੀ ਇੱਕ ਨਗਰ ਗੱਡੀ ਭਰਾ ਕੇ ਟਰੈਕਟਰ ਟਰਾਲੀ ਸਾਈਡ 'ਤੇ ਕਰ ਲਿਆ ਵਾ, ਮਗਰੋਂ ਗੱਡੀ ਭਰਾ ਕੇ ਉਹ ਵੀ ਸਾਈਡ 'ਤੇ ਕਰ ਲਈ, ਸਾਰੇ ਭਜਾ ਕੇ ਲੈ ਗਏ ਜੀ। ਜਿਹੜਾ ਇੱਕ ਬੰਦਾ ਇਹਨਾਂ ਨੂੰ ਮੇਨ ਪਿੰਦਾ ਖਿਲਾ ਰਿਹਾ, ਉਹ ਪਿੱਛੋਂ ਕੰਧ ਡੱਬ ਕੇ ਭੱਜ ਗਿਆ ਜੀ ਇਹਨਾਂ ਦੇ ਨਾਲ। ਤਕਰੀਬਨ ਸਾਡਾ 70-80 ਹਜ਼ਾਰ ਰੁਪਏ ਸਾਡੇ ਨਾਲ ਲੁੱਟ ਹੋਈ ਜੀ ਰਾਤ ਨੂੰ। ਨਹੀਂ ਜੀ, ਉਹਨਾਂ ਕੋਲ ਹਥਿਆਰ ਕੁਛ ਨਹੀਂ, ਉਹਨਾਂ ਦੀ ਗੱਡੀਆਂ 'ਚ ਹੋ ਸਕਦਾ, ਉਹ ਨਹੀਂ ਕੁਛ ਕਹਿ ਸਕਦੇ ਬਾਕੀ ਉਹਨਾਂ ਦੀ ਗੱਡੀਆਂ 'ਚ ਹੋ ਸਕਦਾ, ਸਾਡੇ ਇੱਦਾਂ ਆਮ ਨਹੀਂ ਸੀਗਾ ਉਹਨਾਂ ਕੋਲ ਹੈਗਾ ਜੀ। ਬਹੁਤ ਜੀ, ਇਸ ਮਹੀਨੇ ਦੇ ਵਿੱਚ ਸਾਡੇ ਪੰਪ ਦੇ ਘੱਟੋ ਘੱਟ 10-15 ਵਾਰੀ ਹੋ ਚੁੱਕੀਆਂ ਜੀ। ਕਦੀ ਗੱਡੀ ਤੇਲ ਪਾ ਕੇ ਭੱਜਦੀ, ਕਦੀ ਮੋਟਰਸਾਈਕਲ ਤੇਲ ਪਾ ਕੇ ਭੱਜਦੇ, ਕਦੀ ਸਾਡੇ ਪੰਪਾਂ ਦੇ ਗੱਡਰ ਢੱਕਣ ਸਾਰੇ ਪਲੇਟਾਂ ਚੁੱਕੀਆਂ ਗਈਆਂ ਜੀ, ਅਤੇ ਕੋਈ ਵੀ ਹਾਲੇ ਤੱਕ ਸੁਣਵਾਈ ਨਹੀਂ ਹੈਗੀ। ਮੰਗ ਕਰਦੇ ਕਿ ਸਾਨੂੰ ਸਾਡੇ ਅਸੀਂ ਆਪਣਾ ਕਾਰੋਬਾਰ ਕਰੀਏ ਜੀ, ਇਹਨਾਂ ਦੇ ਪਿੱਛੇ ਭਾਜੀ ਰਾਤੀ 2-2-3 ਵਜੇ ਤੱਕ ਇਹਨਾਂ ਦਾ ਪਿੱਛਾ ਕਰਦੇ ਲੱਭਦੇ ਰਹਿੰਦੇ ਹਾਂ ਜੀ ਅਸੀਂ। ਕੀ ਕਾਰੋਬਾਰ ਕਰੀਏ, ਆਏ ਦਿਨ ਸਾਡੇ ਕੋਈ ਨਾ ਕੋਈ ਵਾਰਦਾਤ ਹੁੰਦੀ ਜੀ। ਲੋਕਾਂ ਨੇ ਸਿਸਟਮ ਹੀ ਫੜ ਲਿਆ ਜੀ, ਪਹਿਲਾਂ ਪੈਸੇ ਮੰਗ ਲਓ, ਅੱਗੇ ਲੜਨ ਨੂੰ ਪੈਂਦੇ ਆ ਜੀ ਕਿ ਪਹਿਲਾਂ ਪੈਸੇ ਨਹੀਂ ਦੇਣੇ, ਅਤੇ ਬਾਅਦ ਚੋਂ ਗੱਡੀਆਂ 'ਚ ਤੇਲ ਪਾ ਕੇ ਭੱਜ ਜਾਂਦੇ ਜੀ। ਬਹੁਤ ਜ਼ਿਆਦਾ ਪਰੇਸ਼ਾਨ ਆ ਜੀ, ਇਸ ਮਹੀਨੇ ਦੇ ਵਿੱਚ 15-20 ਵਾਰੀ ਸਾਡੇ ਨਾਲ ਕੰਮ ਹੋ ਚੁੱਕਾ ਜੀ, ਰਾਤੀ ਦੇ ਇਹਨਾਂ ਨੇ ਬਹੁਤ ਵੱਡਾ ਹੀ ਕੰਮ ਕਰ ਛੱਡਿਆ ਜੀ। ਸਾਰੀ CCTV ਫੁਟੇਜ ਆਈ ਹੈ ਜੀ ਇਹਨਾਂ ਦੇ ਵਿੱਚ, ਹਲੇ ਕੋਈ ਇਹਨਾਂ ਦੀ ਪਛਾਣ ਨਹੀਂ ਆ ਰਹੀ ਜੀ, ਇਹਨਾਂ ਦੀ ਵੀਡੀਓ ਇਹਨਾਂ ਦੀ ਬਣੀ ਹੈ ਜੀ। ਬਸ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਟਰਾਲੀ ਦੇ ਉੱਤੇ, ਤੁਸੀਂ ਵੀ ਦੇਖ ਹੀ ਲਿਆ, 4 ਬੰਦੇ ਆਏ ਆ, ਇੱਕ ਟਰੈਕਟਰ 'ਤੇ ਸੀ, 2-3 ਕਾਰ ਦੇ ਵਿੱਚ, ਉਹਨਾਂ ਨੇ 3 ਡਰੰਮ ਭਰਵਾਏ ਆ। ਇੱਕ ਗੱਡੀ ਦੇ ਵਿੱਚ ਸਵਿਫਟ ਡਿਜ਼ਾਇਰ ਹੈਗੀ ਆ, ਛੋਟੀ ਡਿੱਗੀ ਵਾਲੀ, ਉਹਦੇ ਵਿੱਚ ਤੇਲ ਪਵਾ ਕੇ ਉਹ ਬਿਨਾਂ ਪੈਸੇ ਦਿੱਤੇ ਦੌੜ ਗਏ। ਉਹਦਾ ਅਸੀਂ ਕਿੰਨੇ ਜਣੇ ਬੰਦੇ ਹੈਗੇ ਸੀ? ਚਾਰ ਲੱਗਦੇ ਆ, ਚਾਰ ਹੀ ਦੱਸਿਆ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਜਿਹੜੀਆਂ ਹੋਈਆਂ ਵਾ, ਹੁਣ ਤੱਕ ਦੀ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ? ਪਹਿਲਾਂ ਦਾ ਤਾਂ ਇਹਨਾਂ ਦੀ ਕੋਈ ਮੇਰੇ ਤਾਂ ਨੋਟਿਸ ਨਹੀਂ ਗਿਆ ਇਹੋ ਜਿਹੀ ਪਹਿਲਾਂ ਦੀ, ਲੇਕਿਨ ਜਿਹੜੀ ਵੀ ਨੋਟਿਸ ਆਉਂਦੀ ਇਮੀਡੀਏਟ ਪਰਚਾ ਦੇ ਕੇ ਤਾਂ ਉਹਦੀ ਕਾਰਵਾਈ ਕਰੀਦੀ ਹੈ। ਪਰ CCTV ਫੁਟੇਜ ਸਾਹਮਣੇ ਆਇਆ? ਹਾਂਜੀ ਹਾਂਜੀ, ਆ ਤੁਹਾਡੇ ਸਾਹਮਣੇ ਹੀ ਆ, ਉਹ ਦੇਖ ਰਹੇ ਹਾਂ ਅੰਮ੍ਰਿਤਸਰ ਸਾਈਡ ਦੀ, ਇਧਰਲੀ ਸਾਈਡ ਨੂੰ ਗਏ ਆ ਉਹ ਟਰੈਕਟਰ ਟਰਾਲੀ 'ਤੇ।
ਕਿੰਨੇ ਦਾ ਜਿਹੜਾ ਤੇਲ ਪਾਇਆ ਗਿਆ ਜੀ? ਲਗਭਗ 75 ਤੋਂ 80 ਹਜ਼ਾਰ ਦੇ ਵਿੱਚ ਹੈਗਾ।